ਜੀ ਤਿਆਰ ਜੀ ਤੁਹਾਨੂੰ ਨਹੀਂ ਲੱਗਦਾ ਕਿ ਬੀਜੇਪੀ ਦੇ ਤੁਸੀਂ ਜਿਆਦਾ ਪਿੱਛੇ ਡੈਟ ਜਿਆਦਾ ਦੇ ਲੋਕ ਨਹੀਂ ਪਿੱਛੇ ਪੇ ਉਹ ਪੰਜਾਬ ਦੇ ਪਿੱਛੇ ਥੋੜਾ ਪਏ ਆ ਉਹਨਾਂ ਨੇ ਪੰਜਾਬ ਨੂੰ ਬਰਬਾਦ ਕਰਨ ਲਈ ਕੋਈ ਕਸਰ ਨਹੀਂ ਛੱਡੀ ਤੁਸੀਂ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਤੁਸੀਂ ਦਿੱਲੀ ਕਦੇ ਬੁਲਾ ਲੈਨੇ ਹੋ ਉੱਥੋਂ ਜਲੀਲ ਕਰਕੇ ਤੋੜ ਦਿੰਨੇ ਹੋ ਕਦੇ ਤੁਹਾਡੇ ਪ੍ਰਧਾਨ ਅਰੋਨ ਚੁੱਕ ਜੀ ਕਹਿੰਦੇ ਆ ਵੀ ਜੀ ਇਹ ਜਿਹੜਾ ਬਿਹਾਰ ਚ ਉਹਨਾਂ ਦਾ ਰਿਜ਼ਲਟ ਹੈ ਇਹ ਕਿਸਾਨਾਂ ਦੇ ਮੂੰਹ ਤੇ ਚਪੇੜ ਆ ਤੁਸੀਂ ਪੰਜਾਬ ਵੱਲ ਤੁਹਾਨੂੰ ਦੱਸਾਂਗੇ ਕਿਹਦੇ ਮੂੰਹ ਤੇ ਚਪੇੜ ਆ ਬਦਲ ਨੇ ਵੀ ਕਿਹਾ ਕਿ ਅਸੀਂ ਕਿਸਾਨਾਂ ਨਾਲ ਦਿੱਲੀ ਜਾਵਾਂਗੇ ਤੁਹਾਨੂੰ ਲੱਗਦਾ ਕਿ ਕਿਸਾਨ ਹਮੈਤੀ ਹੋ ਗਿਆ ਕਾਲੀਰਾਲ ਬਾਦਲ ਸੌ ਜੂਏ ਖਾ ਕੇ ਬਿੱਲੀ ਹੱਜ ਨੂੰ ਚੱਲੀ ਲੋਕਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਸਭ ਕੁਝ ਪਤਾ ਹੈ ਇਹਨਾਂ ਦਾ ਚਿਹਰਾ ਕੋਈ ਲੁਕਿਆ ਹੋਇਆ ਨਹੀਂ ਪੰਜਾਬ ਦੇ ਲੋਕਾਂ ਸਾਹਮਣੇ ਨੰਗਾ ਹੈ ਮੀਟਿੰਗ ਦੇ ਵਿੱਚ ਹੱਲ ਕੀ ਹੋ ਸਕਦਾ ਮਸਲੇ ਦਾ ਕਿਉਂਕਿ ਤੁਸੀਂ ਸਾਰੇ ਕਿਸਾਨੀ ਨਾਲ ਸੰਬੰਧਤ ਹੋ ਕਿਸ ਤਰ੍ਹਾਂ ਮਤਲਬ ਇੱਕ ਕਦਮ ਬੀਜੇਪੀ ਪਿੱਛੇ ਹਟੇ ਜਾਂ ਕੇਂਦਰ ਸਰਕਾਰ ਕੋਈ ਕਦਮ ਕਿਸਾਨ ਹਟਣ ਤਾਂ ਕਿ ਮਸਲੇ ਦਾ ਹੱਲ ਹੋਵੇ ਨਹੀਂ ਵਾਪਸ ਹੋਣ ਤੋਂ ਬਿਨਾ ਕੋਈ ਹੱਲ ਇਹਦਾ ਹੋਰ ਹੈ ਹੀ ਨਹੀਂ ਪਿੱਛੇ ਹਟਿਏ ਅਸੀਂ ਗਲਤ ਕੀ ਮੰਗ ਰਹੇ ਹਾਂ ਜਿਹੜੇ ਇਹ ਕਾਨੂੰਨ ਲੈ ਕੇ ਆਂਦੇ ਆ ਕਦੋਂ ਪੰਜਾਬ ਦੇ ਕਿਸਾਨਾਂ ਨੇ ਡਿਮਾਂਡ ਕੀਤੀ ਸੀ ਕਦੋਂ ਹਰਿਆਣਾ ਦੇ ਕਿਸਾਨਾਂ ਨੇ ਡਿਮਾਂਡ ਕੀਤੀ ਸਾਡਾ ਡਿਮਾਂਡ ਹੀ ਨਹੀਂ ਸੀ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਭਾਵੇਂ 1.5 ਸਾਲ ਨੂੰ ਹੋਣੀਆਂ ਨੇ ਪਰ ਕਿਸਾਨਾਂ ਦੇ ਮੁੱਦੇ ਨੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਮਗਾ ਦਿੱਤੀ ਐ ਜਿੱਥੇ ਭਾਰਤੀ ਜਨਤਾ ਪਾਰਟੀ 117 ਹਲਕਿਆਂ 'ਚ ਆਪਣੇ ਦਫ਼ਤਰ ਖੋਲਣ ਜਾ ਰਹੀ ਐ ਉੱਥੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਭਾਜਪਾ ਦਾ ਡਟਮਾ ਵਿਰੋਧ ਕਰ ਰਹੀ ਐ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੇ ਜੂਥਪਿੰਗ ਦੇ ਪ੍ਰਧਾਨ ਮੀਤਿਹਰ ਨਾਲ ਮੀਤਿਹਰ ਜੀ ਤੁਹਾਨੂੰ ਨਹੀਂ ਲੱਗਦਾ ਕਿ ਬੀਜੇਪੀ ਦੇ ਤੁਸੀਂ ਜਾਦੀ ਪਿੱਛੇ ਪੈ ਗਏ ਪੰਜਾਬ ਦੇ ਲੋਕ ਨਹੀਂ ਪਿੱਛੇ ਪਏ ਉਹ ਪੰਜਾਬ ਦੇ ਪਿੱਛੇ ਥੋੜਾ ਪਿਆ ਉਹਨਾਂ ਨੇ ਪੰਜਾਬ ਨੂੰ ਬਰਬਾਦ ਕਰਨ ਲਈ ਕੋਈ ਕਸਰ ਨਹੀਂ ਛੱਡੀ ਤੁਸੀਂ ਪੰਜਾਬ ਖੇਤੀ ਪ੍ਰਧਾਨ ਸੂਬਾ ਤੁਸੀਂ ਉਹਦੀ ਪਿੱਠੇ ਛੁਰਾ ਮਾਰੇ ਆ ਤੇ ਜਿਹੜੀਆਂ ਸਾਡੇ ਕਿਸਾਨ ਸਾਡੀਆਂ ਮਾਮਾ ਸਾਡੀਆਂ ਭੈਣਾਂ ਸਾਡੇ ਛੋਟੇ-ਛੋਟੇ ਬੱਚੇ ਵੀ ਆ ਸਰਦੀ ਆ ਗਈ ਉਦੋਂ ਉਹਨਾਂ ਜਿਹੜੀਆਂ ਸੜਕਾਂ ਸੀ ਤਪਦੀਆਂ ਹੁੰਦੀਆਂ ਸੀ ਰੇਲ ਪਟੜੀਆਂ ਤਪਦੀਆਂ ਹੁੰਦੇ ਸੀ ਉਦੋਂ ਮੇਰੇ ਤੇ ਬੈਠਾ ਜਾਂਦਾ ਤੇ ਹੁਣ ਸਰਦੀ ਦਾ ਟਾਈਮ ਆ ਗਿਆ ਹੁਣ ਵੀ ਉਹ ਸੜਕਾਂ ਤੇ ਬੈਠੇ ਆ ਤੁਸੀਂ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਤੁਸੀਂ ਦਿੱਲੀ ਕਦੇ ਬੁਲਾ ਲੈਨੇ ਹੋ ਉਥੋਂ ਜਲੀਲ ਕਰਕੇ ਤੋੜ ਦਿੰਨੇ ਹੋ ਕਦੇ ਤੁਹਾਡੇ ਪ੍ਰਧਾਨ ਅਰੋਨ ਚੁੱਕ ਜੀ ਕਹਿੰਦੇ ਆ ਵੀ ਜੀ ਇਹ ਜਿਹੜਾ ਬਿਹਾਰ ਚ ਉਹਨਾਂ ਦਾ ਰਿਜ਼ਲਟ ਹੈ ਇਹ ਕਿਸਾਨਾਂ ਦੇ ਮੂੰਹ ਤੇ ਚਪੇੜ ਆ ਤੁਸੀਂ ਪੰਜਾਬ ਉਹ ਤੁਹਾਨੂੰ ਦੱਸਾਂਗੇ ਕਿਹਦੇ ਮੂੰਹ ਤੇ ਚਪੇੜ ਆ ਲਗਾਤਾਰ ਪੰਜਾਬ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਭਾਜਪਾ ਦੀ ਹੈ ਪੰਜਾਬ ਵਿਰੋਧੀ ਸਾਜ਼ਿਸ਼ਾਂ ਲਗਾਤਾਰ ਚੱਲ ਰਹੀਆਂ ਹਨ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕਰਦੇ ਆ ਤੇ ਹੁਣ ਉਹ ਉਹਨਾਂ ਨੂੰ ਲੱਗਦਾ ਹੈ ਕਿ ਜਿਵੇਂ ਅਸੀਂ ਫਿਰਕਾ ਪ੍ਰਸਤ ਲੋਕਾਂ ਨੂੰ ਵੰਡਣ ਦੀ ਰਾਜਨੀਤੀ ਕਰਕੇ ਨਾ ਅਸੀਂ ਦੂਜੇ ਸਟੇਟ ਦੇ ਵਿੱਚ ਆਪਦੇ ਪੈਰ ਜਮਾ ਲੈਣੇ ਆ ਪੰਜਾਬ 'ਚ ਵੀ ਉਹਨਾਂ ਨੂੰ ਇਹਦਾ ਬਹਿਮ ਹੈ ਵੀ ਇੱਥੇ ਵੀ ਕਿਤੇ ਕਾਮਯਾਬ ਹੋ ਜਾਣਗੇ ਸਾਨੂੰ ਕੋਈ ਉਹਨਾਂ ਦੇ ਜਿਹੜੇ ਦਫ਼ਤਰ ਖੋਲ ਰਹੇ ਆ ਸਾਨੂੰ ਕੋਈ ਉਹਦੇ ਨਾਲ ਵਿਰੋਧ ਨਹੀਂ ਪੋਲੀਟਿਕਲ ਪਾਰਟੀ ਆ ਡੈਮੋਕ੍ਰੇਸੀ ਆ ਖੋਲਣ ਪਰ ਯਾਰ ਤੁਸੀਂ ਜਿਹੜੇ ਕਿਸਾਨ ਆ ਤੇ ਸੜਕਾਂ ਤੇ ਬੈਠੇ ਆ ਪਹਿਲਾਂ ਉਹਨਾਂ ਦੀ ਸਮੱਸਿਆ ਦਾ ਹੱਲ ਕਰੋ ਤੁਸੀਂ ਦਫ਼ਤਰ ਪਿੰਡ ਪਿੰਡ ਖੋਲ੍ਹ ਲਿਓ ਅਸੀਂ ਨਹੀਂ ਵਿਰੋਧ ਕਰਦੇ ਪਰ ਜਿਹੜੇ ਕਿਸਾਨਾਂ ਦੇ ਪਿੱਠੇ ਛੁਰਾ ਮਾਰਿਆ ਜਿਹੜੇ ਤੁਸੀਂ ਖੇਤੀ ਵਿਰੋਧੀ ਕਾਨੂੰਨ ਲੈ ਕੇ ਆਂਦੇ ਆ ਤੁਸੀਂ ਸਾਰੇ ਪੰਜਾਬ ਦੀ ਉਹ ਡਿਮਾਂਡ ਆ ਤੁਸੀਂ ਉਹ ਵਾਪਸ ਲਓ ਉਦੋਂ ਬਾਅਦ ਜੀ ਸਰ ਕੇ ਪੰਜਾਬ ਚ ਆ ਕੇ ਜਿਹੜਿਆ ਦਫ਼ਤਰ ਖੋਲੋ ਅਸੀਂ ਕੀ ਵਿਰੋਧ ਕਰਨਾ ਹੈ ਪੰਜਾਬ ਦੇ ਕਿਸਾਨ ਪੰਜਾਬ ਦੇ ਲੋਕ ਆ ਜਿਹੜੇ ਉਹ ਵਿਰੋਧ ਕਰ ਰਹੇ ਆ ਜੀ ਮੰਤਰੀਆਂ ਨੇ ਮੀਟਿੰਗ ਸ਼ੁਰੂ ਕਰ ਦਿੱਤੀ ਕਿਸਾਨਾਂ ਨਾਲ ਇੱਕ ਮੀਟਿੰਗ ਹੋ ਗਈ ਇੱਕ ਹੋਰ ਸੁਭਾਵਨਾ ਹੋਣ ਦੀ ਇਹ ਮੀਟਿੰਗ ਦੇ ਵਿੱਚ ਹੱਲ ਕੀ ਹੋ ਸਕਦਾ ਮਸਲੇ ਦਾ ਕਿਉਂਕਿ ਤੁਸੀਂ ਸਾਰੇ ਕਿਸਾਨੀ ਨਾਲ ਸੰਬੰਧਤੋਂ ਕਿਸ ਤਰ੍ਹਾਂ ਮਤਲਬ ਇੱਕ ਕਦਮ ਬੀਜੇਪੀ ਪਿੱਛੇ ਹਟੇ ਜਾਂ ਕੇਂਦਰ ਸਰਕਾਰ ਕੁਝ ਕਦਮ ਕਿਸਾਨ ਹਟਣ ਤਾਂ ਕਿ ਮਸਲੇ ਦਾ ਹੱਲ ਹੋਵੇ ਤੁਹਾਨੂੰ ਤੁਹਾਡੀ ਨਜ਼ਰ ਚ ਹੱਲ ਕੀ ਹੈ ਮਸਲੇ ਦਾ ਬਿਲ ਵਾਪਸ ਹੋਣ ਤੋਂ ਬਿਨਾ ਕੋਈ ਹੱਲ ਇਹਦਾ ਹੋਰ ਹੈ ਹੀ ਨਹੀਂ ਕਿਉਂਕਿ ਜੇ ਇਹ ਬਿੱਲ ਜਿਹੜੇ 3 ਨੇ ਨਾ ਤਿੰਨੇ ਇੱਕ ਦੂਜੇ ਨਾਲ ਜਿਹੜੇ ਆ ਉਹ ਕਨੈਕਟਡ ਨੇ ਜੇ ਇਹ ਬਿੱਲ ਨਹੀਂ ਵਾਪਸ ਹੋਏ ਤਾਂ ਜਿਹੜਾ ਪੰਜਾਬ ਦੀ ਅਰਥਵਿਵਸਥਾ ਪੰਜਾਬ ਦਾ ਕਿਸਾਨ ਪੰਜਾਬ ਦਾ ਛੋਟਾ ਵਪਾਰੀ ਸਾਰੇ ਮਾਰੇ ਜਾਣਗੇ ਅਸੀਂ ਕਿਉਂ ਪਿੱਛੇ ਹਟੀਏ ਅਸੀਂ ਗਲਤ ਕੀ ਮੰਗ ਰਹੇ ਹਾਂ ਜਿਹੜੇ ਇਹ ਕਾਨੂੰਨ ਲੈ ਕੇ ਆਉਂਦੇ ਆ ਕਦੋਂ ਪੰਜਾਬ ਦੇ ਕਿਸਾਨਾਂ ਨੇ ਡਿਮਾਂਡ ਕੀਤੀ ਸੀ ਕਦੋਂ ਹਰਿਆਣੇ ਦੇ ਕਿਸਾਨਾਂ ਨੇ ਡਿਮਾਂਡ ਕੀਤੀ ਸਾਡਾ ਡਿਮਾਂਡ ਹੀ ਨਹੀਂ ਸੀ ਅਸੀਂ ਤਾਂ ਬੜਾ ਖੁਸ਼ ਸੀਗੇ ਜਿਹੜਾ ਸਾਡੇ ਪਹਿਲਾਂ ਸਿਸਟਮ ਚੱਲ ਰਿਹਾ ਸੀ ਇਹ ਜਾਣ ਬੁਝ ਕੇ ਪੰਜਾਬ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਪੰਜਾਬ ਦੇ ਜਿਹੜੇ ਕਿਸਾਨ ਨੇ ਪੰਜਾਬ ਦੇ ਜਿਹੜੇ ਖੇਤੀ ਵਿਗਿਆਨੀ ਹੈ ਪੰਜਾਬ ਦੇ ਜਿਹੜੇ ਕਿਸਾਨਾਂ ਦੀ ਲੜਾਈ ਲੜਨ ਵਾਲੇ ਲੋਕ ਨੇ ਉਸ चीज ਨੂੰ ਪਲੀ ਪੰਤੀ ਜਾਣਦੇ ਆ ਇਸੇ ਕਰਕੇ ਮੈਂ ਸਮਝਦਾ ਕਿ ਸੈਂਟਰ ਨੂੰ ਭਾਜਪਾ ਨੂੰ ਜੇ ਉਹ ਪੰਜਾਬ ਦੇ ਵਿੱਚ ਵੜਨਾ ਵੀ ਚਾਹੁੰਦੇ ਆ ਇਲੈਕਸ਼ਨ ਲੜਨੀ ਇਲੈਕਸ਼ਨ ਜਿੰਨੀ ਦੂਰ ਦੀ ਗੱਲ ਆ ਤਾਂ ਉਹਨਾਂ ਨੂੰ ਇਹ ਵਾਪਸ ਲੈਣੇ ਹੀ ਪੈਣਗੇ ਉਹਨਾਂ ਟਾਈਮ ਜਿਹੜੇ ਪੰਜਾਬ ਦੇ ਕਿਸਾਨ ਆ ਪੰਜਾਬ ਦੇ ਲੋਕ ਆ ਉਹ ਨਹੀਂ ਪਿੱਛੇ ਹਟਣਗੇ 26 ਤੇ 27 ਤਰੀਕ ਨੂੰ ਜਿਹੜਾ ਦਿੱਲੀ ਵਿੱਚ ਕਿਸਾਨਾਂ ਨੇ ਧਰਨਾ ਦੇਣ ਜਾਣਾ ਉਦੇ ਨਾਲ ਤੁਹਾਡੀ ਸਰਕਾਰ ਤੇ ਦਿੱਲੀ ਵਾਲੇ ਤੇ ਵਿਸਾਲ ਉੱਠਣਗੇ ਸਰਕਾਰ ਦਾ ਕੀ ਸਟੈਂਡ ਹੋਏਗਾ ਕਿਸਾਨਾਂ ਦੀ ਸੇਵਾ ਕਰਨਗੇ ਜਾਂ ਕਿਸਾਨਾਂ ਨੂੰ ਤੱਕਾ ਮੁੱਕੀ ਮਾਰ ਕੇ ਕਹਿਣਗੇ ਦਿੱਲੀ ਤੋਂ ਬਾਹਰ ਰੋ ਕਿਉਂਕਿ ਰਾਜਨੀਤੀ ਦਾ 26-27 ਨੂੰ ਜ਼ਿਆਦਾ ਗਰਮ ਹੋਣੀ ਹੈ ਦੇਖੋ ਜਿਹੜਾ ਲਾਅ ਐਂਡ ਆਰਡਰ ਹੈ ਦਿੱਲੀ ਦਾ ਉਹ ਸਾਡੀ ਦਿੱਲੀ ਸਰਕਾਰ ਕੋਲੇ ਨਹੀਂ ਉਹ ਸੈਂਟਰ ਦੀ ਜਿਹੜੀ ਭਾਜਪਾ ਸਰਕਾਰ ਆ ਉਹਨਾਂ ਕੋਲੇ ਆ ਪੁਲਿਸ ਉਹਨਾਂ ਕੋਲੇ ਆ ਅਸੀਂ ਤਾਂ ਦੇਖੋ ਲਗਾਤਾਰ ਸਾਡੀ ਜਿਹੜੀ ਦਿੱਲੀ ਦਿੱਲੀ ਦੀ ਲੀਡਰਸ਼ਿਪ ਵੀ ਆ ਸਾਡੀ ਪੰਜਾਬ ਦੀ ਲੀਡਰਸ਼ਿਪ ਵੀ ਆ ਅਸੀਂ ਲਗਾਤਾਰ ਕਹਿਣੇ ਆਉਣੇ ਆ ਵੀ ਅਸੀਂ ਕਿਸਾਨੀ ਸੰਘਰਸ਼ ਦੇ ਬਰਾਬਰ ਕੋਈ ਪੈਰਲਲ ਪ੍ਰੋਗਰਾਮ ਨਹੀਂ ਦੇਣਾ ਜੋ ਵੀ ਕਿਸਾਨ ਫੈਸਲਾ ਕਰਦੇ ਆ ਉਹ ਧਰਨਾ ਦਿੱਲੀ ਰੱਖਣ ਉਹ ਧਰਨਾ ਪੰਜਾਬ 'ਚ ਰੱਖਣ ਅਸੀਂ ਉਹਨਾਂ ਦੇ ਨਾਲ ਆ ਤੇ ਅਸੀਂ ਅੱਜ ਵੀ ਐਲਾਨ ਕਰ ਚੁੱਕੇ ਆ ਕਿ ਜਿਹੜਾ ਵੀ 26 27 ਤਰੀਕ ਨੂੰ ਪਟੈਸਟ ਹੈ ਸਾਡੇ ਪੰਜਾਬ ਦੇ ਸਮੁੱਚੇ ਵਰਕਰ ਪਿੰਡ-ਪਿੰਡ ਚੋਂ ਕਿਸਾਨਾਂ ਦੇ ਨਾਲ ਡਟ ਕੇ ਖੜੇ ਆ ਕਿਸਾਨਾਂ ਦੇ ਨਾਲ ਡਟ ਕੇ ਦਿੱਲੀ ਜਾਣਗੇ ਤੇ ਮੋਦੀ ਦੀ ਜਿਹੜੀ ਸੁੱਤੀ ਪਈ ਸਰਕਾਰ ਹੈ ਉਹਨੂੰ ਜਗਾਉਣ ਦੀ ਕੋਸ਼ਿਸ਼ ਕਰਨਗੇ ਅਸੀਂ ਪਹਿਲਾਂ ਵੀ ਕਿਸਾਨਾਂ ਦੇ ਨਾਲ ਸੀ ਪਹਿਲਾਂ ਵੀ ਉਹਨਾਂ ਸੰਘਰਸ਼ ਨਾਲ ਸੀ ਅੱਜ ਵੀ ਨਾਲ ਆ ਜਿੰਨਾ ਟਾਈਮ ਸੰਘਰਸ਼ ਚੱਲੂਗਾ ਆਮ ਆਦਮੀ ਪਾਰਟੀ ਸਭ ਤੋਂ ਲਾਸਟ ਲਾਈਨ 'ਚ ਖੜ ਕੇ ਕਿਸਾਨਾਂ ਦੇ ਨਾਲ ਉਹਨਾਂ ਦੇ ਨਾਲ ਡਟ ਕੇ ਖੜੀ ਆ ਕੱਲੀ ਨਾਲ ਬਾਦਲ ਨੇ ਵੀ ਕਿਹਾ ਕਿ ਅਸੀਂ ਕਿਸਾਨਾਂ ਨਾਲ ਦਿੱਲੀ ਜਾਵਾਂਗੇ ਕੋਨ ਨੂੰ ਲੱਗਦਾ ਕਿ ਕਿਸਾਨ ਹਮੈਤੀ ਹੋ ਗਿਆ ਕਾਲੀਦਾਲ ਬਾਦਲ 100 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਲੋਕਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਸਭ ਕੁਝ ਪਤਾ ਹੈ ਇਹਨਾਂ ਦਾ ਚਿਹਰਾ ਕੋਈ ਲੁਕਿਆ ਹੋਇਆ ਨਹੀਂ ਪੰਜਾਬ ਦੇ ਲੋਕਾਂ ਸਾਹਮਣੇ ਨੰਗਾ ਤੁਸੀਂ 15 ਸਤੰਬਰ ਤੱਕ ਤੁਸੀਂ ਵਕੀਲ ਜਿਹੜੇ ਬਿੱਲ ਸੀ ਉਹਨਾਂ ਦੀ ਪਕਾਲਤ ਕਰਦੇ ਰਹੇ ਤੁਸੀਂ ਕਹਿੰਦੇ ਰਹੇ ਬਹੁਤ ਚੰਗੇ ਆ ਤੁਸੀਂ ਸਰਪਾਰਟੀ ਮੀਟਿੰਗਸ 'ਚ ਵੀ ਸੈਸ਼ਨਸ 'ਚ ਵੀ ਸਾਰੇ ਕਿਤੇ ਉਹਨਾਂ ਦੀ ਪਕਾਲਤ ਕੀਤੀ ਥੋੜੇ ਜਿਹੜੇ ਪਾਰਟੀ ਦੇ ਸਰਪ੍ਰਸਤ ਨੇ ਵੱਡੇ ਬਾਦਲ ਸਾਹਿਬ ਉਹਨਾਂ ਦੀ ਇੱਕੋ ਵੀਡੀਓ ਆਈ ਹੈ 3 ਸਤੰਬਰ ਨੂੰ ਉਹ ਬਿੱਲਾਂ ਦੇ ਹੱਕ ਚਾਹੀਏ ਉਹਨਾਂ ਦੀ ਤਾਂ ਹਜੇ ਤੱਕ ਨਿਵਰੋਚ ਚਾਈ ਸੁਖਬੀਰ ਸਿੰਘ ਬਾਦਲ ਨੇ ਯੂ ਟਰਨ ਮਾਰ ਲਿਆ ਬਾਕੀ ਕਲਦੇਲ ਪਾਰਟੀ ਨੇ ਮਾਰ ਲਿਆ ਵੱਡੇ ਬਾਦਲ ਸਾਹਿਬ ਨੇ ਹਜੇ ਤੱਕ ਨਹੀਂ ਮਾਰਿਆ ਇੱਕ ਵੀਡੀਓ ਆਈ ਹੈ ਤੁਸੀਂ ਥੋੜੇ ਵੀ ਆ ਕੈਮਰੇ ਚ ਹੋਣੀ ਹੈ YouTube ਤੇ ਪਈਆਂ ਸਾਰੀਆਂ ਕੱਟ ਕੇ ਦੇਖ ਲਓ ਇੱਕੋ ਵੀਡੀਓ ਆਈ ਹੈ ਉਹ ਹੱਕ ਚਾਹੀਏ ਉਹਨਾਂ ਦੀ ਵੀਡੀਓ ਤਾਂ ਹਜੇ ਤੱਕ ਵਿਰੋਚ ਨਹੀਂ ਆਈ ਸੋ ਪੰਜਾਬ ਦੇ ਕਿਸਾਨਾਂ ਨੂੰ ਪਤਾ ਵੀ ਜੋ ਕੁਝ ਵੀ ਅੱਜ ਕਾਲੀ ਦਲ ਕਰ ਰਿਹਾ ਉਹ ਭਾਜਪਾ ਦੇ ਨਾਲ ਮਿਲਕੀ ਕਰ ਰਿਹਾ ਅੰਦਰ ਗਤੀ ਇਹਨਾਂ ਦੀ ਹੁਣ ਵੀ ਜਿਹੜੀ ਸਾਜ ਉਹ ਉਸੇ ਤਰ੍ਹਾਂ ਬਰਕਰਾਰ ਹੈ ਹੁਣ ਵੀ ਕੋਈ ਇਹਨਾਂ ਦੀ ਚਾਲੀ ਹੈ ਪੰਜਾਬ ਦੇ ਕਿਸਾਨਾਂ ਨੂੰ ਗਮਰਾਹ ਕਰਨ ਦੀ ਸੋ ਇਹਨਾਂ ਦਾ ਚਿਹਰਾ ਇਹਨਾਂ ਦਾ ਰੋਲ ਇਹ ਜਿਹੜੇ ਆਰਡੀਨੈਂਸ ਤੋਂ ਲੈ ਕੇ ਬਿੱਲ ਬਣ ਤੱਕ ਕੀ ਰਿਹਾ ਪੰਜਾਬ ਦੇ ਕਿਸਾਨ ਭਲੀ ਭੰਤੀ ਜਾਣਦੇ ਆ ਇਹ ਕੁਛ ਕਰੀ ਜਾਣ ਦਿੱਲੀ ਜਾਣ ਇੱਥੇ ਪੰਜਾਬ ਚੱਕਾ ਜਾਮ ਕਰਨ ਦਾ ਐਲਾਨ ਕਰਨ ਪੰਜਾਬ ਦੇ ਕਿਸਾਨ ਇਹਨਾਂ ਦਾ ਮਜ਼ਾਕ ਡਾਉਂਦੇ ਆ ਕਿਸੇ ਤੁਸੀਂ ਜਿਹੜਾ ਕਿਸਾਨੀ ਧਰਨੇ ਚੱਲਦੇ ਆ ਕਿਸੇ ਜਾ ਕੇ ਸੁਣ ਲਓ ਜਿੱਦੀ ਸਪੀਚ ਸ਼ੁਰੂ ਹੁੰਦੀ ਆ ਉੱਥੋਂ ਕਿਸਾਨੀ ਜਿਹੜਾ ਕੋਈ ਜਿਹੜੇ ਬਲਾਰੇ ਆ ਬਾਦਲ ਪਰਿਵਾਰ ਨੂੰ ਨਿੰਦਣ ਤੋਂ ਸ਼ੁਰੂ ਹੁੰਦੀ ਆ ਤੇ ਨਿੰਦਣ ਤੇ ਖਤਮ ਹੁੰਦੀ ਆ ਇਹ ਜੀਪੀਸੀ ਨੇ ਆਪਣਾ ਸਥਾਪਨਾ ਦਿਵਸ ਮਨਾਇਆ 100 ਸਾਲਾ ਉਦੋਂ ਚੈਨ ਲੱਗਦਾ ਕਿ ਕਾਲੀ ਦਲ ਦਾ ਉਹ ਪ੍ਰੋਗਰਾਮ ਸੀਗਾ ਤੁਹਾਨੂੰ ਇਹ ਨਹੀਂ ਲੱਗਦਾ ਕਿ ਧਾਰਮਿਕ ਸਥਾਨਾਂ ਨੂੰ ਫਿਰ ਕਾਲੀ ਦਲ ਅਸੈਸ ਲਈ ਵਰਤ ਰਹੀ ਹੈ 100% ਇਹ ਕੋਈ ਪਹਿਲੀ ਵਾਰ ਜਦੋਂ ਅਕਾਲੀ ਦਲ ਨੂੰ ਲੱਗਦਾ ਕਿ ਜਿਹੜੀ ਸਾਡੀ ਸਿਆਸੀ ਜ਼ਮੀਨ ਆ ਉਹ ਖਿਸਕ ਰਹੀ ਹੈ ਤਾਂ ਇਹ ਧਰਮ ਨੂੰ ਵਰਤਨ ਦੀ ਕੋਸ਼ਿਸ਼ ਕਰਦੇ ਆ ਇਹ ਐਸਜੀਪੀਸੀ ਨੂੰ ਵਰਤਨ ਦੀ ਕੋਸ਼ਿਸ਼ ਕਰਦੇ ਆ ਇਹ ਸਾਡਾ ਆਕਾਲ ਤਖਤ ਜਿਹੜੀ ਸਿੱਖਾਂ ਦੀ ਸਿਰਮੌਰ ਸੰਸਥਾ ਜਿਹਦੇ ਸਾਹਮਣੇ ਸਾਰੇ ਸਿੱਖ ਜਗਤ ਦਾ ਸਿਰ ਝੁਕਦਾ ਉਹਨੂੰ ਵੀ ਵਰਤਨ ਦੀ ਕੋਸ਼ਿਸ਼ ਕਰਦੇ ਆ ਸੋ ਉਹਦੀ ਮਰਿਆਦਾ ਨੂੰ ਕਾਇਮ ਜਥੇਦਾਰ ਸਾਹਿਬ ਨੇ ਰੱਖਣਾ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਕੌਮ ਦੇ ਬੁਲਾ ਰਹੇ ਆ ਉਹ ਆਕਾਲ ਤਖਤ ਦੇ ਜਥੇਦਾਰ ਨੇ ਉਹ ਉਹਦੀ ਮਰਿਆਦਾ ਨੂੰ ਕਾਇਮ ਰੱਖਣ ਉਹ ਉਹ ਪੋਲਿਟিক্যাল ਪਾਰਟੀ ਜਿਨੇ ਪੰਜਾਬ ਨੂੰ ਪੰਜਾਬ ਦੇ ਸਿੱਖ ਧਰਮ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦੇ ਰਾਜ ਬਿਆਦਬੀਆਂ ਹੋਈਆਂ ਉਹਨਾਂ ਦੇ ਬਾਦਲ ਪਰਿਵਾਰ ਦੇ ਬਲਾਰੇ ਬਣ ਕੇ ਕੰਮ ਕਰਨ ਦੀ ਕੋਸ਼ਿਸ਼ ਨਾ ਕਰਨ ਇਹਦੇ ਨਾਲ ਮੈਂ ਸਮਝਦਾ ਕਿ ਸੰਸਥਾ ਦੇ ਜਿਹੜਾ ਇੱਕੋ ਪਦਵੀ ਹੈ ਉਹਨੂੰ ਧਾ ਲੱਗਣ ਵਾਲੀ ਗੱਲ ਹੈ ਉਹਨਾਂ ਨੂੰ ਮਰਿਆਦਾ ਦਾ ਧਿਆਨ ਰੱਖਣਾ ਚਾਹੀਦਾ ਤੇ ਜਿਹੜੀਆਂ ਬਾਦਲ ਪਰਿਵਾਰ ਦੇ ਕਹਿਣ ਤੇ ਜਿਹੜੀ ਬਿਆਨਬਾਜ਼ੀ ਹੈ ਉਹ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਜਿਹੜਾ 328 ਗੁੰਮਸਰੂਪਾਂ ਦਾ ਮਾਮਲਾ ਹੈ ਉਹ ਕੱਲ ਤੱਕ ਸਾਦੇ ਜਥੇਦਾਰ ਨੇ ਕਿਹਾ ਕਿ ਉਹ ਵੇਚਤਾ ਦਿੱਤੇ ਪੈਸੇ ਆਪਣੇ ਜੇਬਾਂ ਚ ਪਾ ਗਏ ਫਿਰ ਉਹਨਾਂ ਖਿਲਾਫ ਫੌਜਦਾਰੀ ਕੇਸ ਨਹੀਂ ਤਰਜ ਹੋਣਾ ਚਾਹੀਦਾ ਤਾਂ ਕਿ ਅੱਗੇ ਤੋਂ ਕੋਈ ਇਹੋ ਜਿਹਾ ਕੰਮ ਨਾ ਕਰੇ ਮਾੜਾ ਮੈਂ ਉਹੀ ਹੈ ਉਹਨਾਂ ਖਿਲਾਫ ਫਿਰ ਕਾਰਵਾਈ ਕੌਣ ਕਰੂਗਾ ਇਹ ਹੁਣ ਦਾ ਮੁੱਦਾ ਹੈ ਕਿੰਨੇ ਟਾਈਮ ਦਾ ਮੁੱਦਾ ਹੈ ਉੱਥੇ ਜਿਹੜੇ ਸਾਡੇ 6 ਸਿਓ ਧਰਨਾ ਲਾ ਕੇ ਬੈਠੇ ਰਹੇ ਕਿੰਨਾ ਅਸੀਂ ਆਪ ਦੇ ਧਰਮ ਦਾ ਲੋਕਾਂ ਸਾਹਮਣੇ ਰੋਜ਼ ਜਲੂਸ ਕਢਵਾ ਰਹੇ ਆ ਤੁਸੀਂ ਕਾਲ ਤੱਕ ਦੇ ਜਥੇਦਾਰੋਂ ਤੁਸੀਂ ਇਹਦੀ ਪੁਲਿਸ ਇਨਕੁਆਇਰੀ ਨਹੀਂ ਸੀ ਕਰ ਸਕਦੇ ਉਦਾਂ ਤੇ ਪਰਚਾ ਦਰਜ ਨਹੀਂ ਹੋਣਾ ਚਾਹੀਦਾ ਜਿਨ੍ਹਾਂ ਨੇ ਯਾਰ ਤੁਹਾਨੂੰ ਗੋਲਕਾ ਸਾਹਮਣ ਦਾ ਪਤਾ ਤੁਹਾਨੂੰ ਗੁਰੂ ਘਰ ਸਾਹਮਣ ਦਾ ਪਤਾ ਤੁਹਾਨੂੰ ਜਿੰਨੀਆਂ ਵੀ ਪੈਸੇ ਵਾਲੀਆਂ ਚੀਜ਼ਾਂ ਨੇ ਉਹ ਸਾਹਮਣ ਦਾ ਪਤਾ ਥੋਡੇ ਜਿਹੜਾ ਸਾਡਾ ਗੁਰੂ ਹੈ ਜਿਹਦੇ ਕਰਕੇ ਗੋਲਕਾਂ ਚੱਲਦੀਆਂ ਨੇ ਜਿਹਦੇ ਕਰਕੇ ਥੋਡੇ ਗੁਰੂ ਘਰ ਚੱਲਦੇ ਆ ਜਿਹਦੇ ਕਰਕੇ ਤੁਹਾਡੀਆਂ ਜੇਬਾਂ ਭਰਦੀਆਂ ਉਹ ਤੁਹਾਨੂੰ ਸਾਹਮਣ ਦਾ ਨਹੀਂ ਪਤਾ ਸੋ ਇਹ ਮੈਂ ਸਮਝਦਾ ਕਿ ਬੜੀ ਸ਼ਰਮਿੰਦਗੀ ਵਾਲੀ ਗੱਲ ਹੈਗੀ ਇਹਨਾਂ ਲੋਕਾਂ ਦੇ ਲਈ ਕਿ ਜਿਹੜੇ ਉੱਥੇ ਬੈਠ ਕੇ ਵੀ ਸਾਡੇ ਗੁਰੂ ਦਾ ਆਦਰ ਨਹੀਂ ਕਰ ਸਕਦੇ ਸੋ ਅਸੀਂ ਤਾਂ ਲਗਾਤਾਰ ਮੰਗ ਕਰਦੇ ਆਉਣੇ ਆ ਕਿ ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਜਿਹੜੇ ਲੋਕ ਵੀ ਕਸੂਰਬਾਰ ਨੇ ਉਹਨਾਂ ਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ